ਇਤੀ ਬੜੀ ਕੁ ਨੰਨਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਤੇ ਪੰਜਾਬ ਦੇ ਨਾਮ ਨਾਲ ਜੇ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਿਰਫ ਇੱਕ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਕ ਵਕ ਥਾਵਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਰੇਲਾਂ ਵੀ ਰੋਕੀਆਂ ਗਈਆਂ ਸੀ ਪਰ ਉਸ ਤੋਂ ਬਾਅਦ ਰੇਲਾਂ ਤਾਂ ਚਲੋ ਕਿਸਾਨਾਂ ਵੱਲੋਂ ਚਲਾਨ ਦਾ ਵੀ ਆਪਣਾ ਅਨੁਮਤੀ ਦੇ ਦਿੱਤੀ ਗਈ ਸੀ ਪਰ ਉਸ ਦੇ ਬਾਵਜੂਦ ਵੀ ਸੈਂਟਰ ਸਰਕਾਰ ਦੇ ਵੱਲੋਂ ਰੇਲਾਂ ਨਹੀਂ ਚਲਾਈਆਂ ਗਈਆਂ ਸੀ ਇਸੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਲੁਧਿਆਣਾ ਦੇ ਬੀਜੇਪੀ ਦੇ ਕਾਂਗਰਸ ਸੋਰੀ ਬੀ ਸੱਚੀ ਗੱਲ ਸਰ ਸੱਚੀ ਗੱਲ ਜੀ ਸਰ ਪੰਜਾਬ ਭਰ ਦੇ ਵਿੱਚ ਪੰਜਾਬ ਦੀ ਗੱਲ ਕੀ ਜੇ ਦੇਸ਼ ਦੇ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਿਰਫ ਇੱਕ ਬੀਜੇਪੀ ਦੇ ਵੱਲੋਂ ਹੀ ਹਮਾਇਤ ਕੀਤੀ ਜਾ ਰਹੀ ਹੈ ਕਿਉਂਕਿ ਬੀਜੇਪੀ ਦਾ ਤਾਲਮਿਲ ਕਿਉਂ ਨਹੀਂ ਹੋ ਪਾ ਰਿਹਾ ਕਿਸਾਨਾਂ ਦੇ ਨਾਲ ਦੇਖੋ ਮੈਂ ਪਹਿਲਾਂ ਵੀ ਕਈ ਵਾਰੀ ਚੈਨਲਾਂ ਦੇ ਉੱਤੇ ਵੀ ਕਿਹਾ ਹੈ ਤੇ ਮੈਂ ਪ੍ਰਿੰਟ ਮੀਡੀਆ ਦੇ ਵਿੱਚ ਵੀ ਕਿਹਾ ਹੈ ਵੀ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਇਸ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਕਾਂਗਰਸ ਹੈ, ਕਾਲੀ ਦਲ ਹੈ, ਭਾਜਪਾ ਹੈ ਤੇ ਆਮ ਆਦਮੀ ਹੈ ਕਿਸੇ ਵੀ ਪਾਰਟੀ ਨੂੰ ਇਸ ਮੁੱਦੇ ਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਕਿਉਂਕਿ ਕਿਸਾਨ ਸਾਡੇ ਦੇਸ਼ ਦਾ ਅੰਦਾਜ਼ਾ ਹੈ। ਔਰ ਸਾਡੇ ਦੇਸ਼ ਦਾ ਤਕਰੀਬਨ 50-60% ਹਿੱਸਾ ਜਿਹੜਾ ਅਨਾਜ ਦਾ ਹੈ ਉਹ ਪੰਜਾਬ ਦੇ ਵਿੱਚੋਂ ਪਜੰਦੀ ਹੈ। ਔਰ ਜੇ ਸਾਡੇ ਦੇਸ਼ ਦਾ ਕਿਸਾਨ ਕਮਜ਼ੋਰ ਹੋ ਗਿਆ ਤੇ ਸਮਝ ਲਓ ਸਾਡਾ ਦੇਸ਼ ਕਮਜ਼ੋਰ ਹੈ। ਕਿਉਂਕਿ ਸਾਡਾ ਐਗਰੀਕਲਚਰ 베ਸਡ ਸਾਰਾ ਦੇਸ਼ ਹੈਗਾ। ਹੁਣ ਦੇਖਣ ਵਾਲੀ ਗੱਲ ਹੈ ਬਿੱਲ ਦੀ। ਜਿਹੜਾ ਇਹ ਬਿੱਲ ਆ ਮੈਨੂੰ ਇਸ ਗੱਲ ਕਹਿਣ ਚ ਕੋਈ ਗਰੇਜ਼ ਨਹੀਂ ਕਿ ਅਸੀਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸ ਬਿੱਲ ਨੂੰ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਉਹਨਾਂ ਦੀ ਗੱਲ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਧੁੱਖਾ ਖਾ ਗਏ ਔਰ ਇਹ ਜਿਹੜਾ ਜਿਹੜੀ ਇਹ ਨਾ ਤਾਂ ਡਿਬੇਟ ਦਾ ਮੁੱਦਾ ਹੈ ਨਾ ਇਹ ਕੋਈ ਰਾਜਨੀਤੀ ਦਾ ਮੁੱਦਾ ਹੈ ਇਦੇ ਤੇ ਸਾਰੀਆਂ ਪਾਰਟੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਨੂੰ ਇਸ ਬਿੱਲ ਨੂੰ ਚੰਗੀ ਤਰ੍ਹਾਂ ਦੇਖ ਕੇ ਕਿਸਾਨਾਂ ਦੇ ਜੋ ਖਦਸ਼ੇ ਨੇ ਉਹਨਾਂ ਨੂੰ ਦੂਰ ਕਰਕੇ ਸਾਡੇ ਦੇਸ਼ ਦੇ ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ ਜੀ ਨਾਲ ਬੈਠ ਕੇ ਸਾਨੂੰ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਾਉਣਾ ਚਾਹੀਦਾ ਕਿਉਂਕਿ ਇਹ ਤੁਸੀਂ ਇਸ ਮੁੱਦੇ ਨੂੰ ਕੱਲੇ ਕਿਸਾਨਾਂ ਦਾ ਮੁੱਦਾ ਨਾ ਸਮਝੋ ਦੇਖੋ ਅੱਜ ਸਾਰੇ ਦੇਸ਼ ਦਾ ਸਾਡੇ ਸਰ ਸੌਰੀ ਸਾਰੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਹੋਇਆ ਪਿਆ ਅਮਨ ਸ਼ਾਂਤੀ ਭੰਗ ਹੋਈ ਪਈ ਹੈ ਸਰ ਲਾਅ ਐਂਡ ਆਰਡਰ ਦੀ ਵੀ ਗੱਲ ਕਰਾਂਗੇ ਪਹਿਲਾਂ ਆਪਾਂ ਕਿਸਾਨੀ ਮੁੱਦੇ ਤੇ ਗੱਲ ਕਰ ਲਈਏ ਮੈਂ ਤੁਹਾਨੂੰ ਦੱਸਣਾ ਕਿਸਾਨੀ ਮੁੱਦੇ ਕਰਕੇ ਲਾਅ ਐਂਡ ਆਰਡਰ ਖਰਾਬ ਹੈ ਨਾ ਜੀ ਅੱਜ ਜਗ੍ਹਾ ਜਗ੍ਹਾ ਕਿਸਾਨ ਵਿਚਾਰੇ ਰੀਲਾਂ ਦੇ ਉੱਤੇ ਲਾਈਨਾਂ ਦੇ ਉੱਤੇ ਬੈਠੇ ਆ ਟ੍ਰੋਲਰਾਂ ਦੇ ਉੱਤੇ ਬੈਠੇ ਆ ਪੰਪਾਂ ਦੇ ਅੱਗੇ ਬੈਠੇ ਆ ਅੱਜ ਉਹਨਾਂ ਦੀ ਫਸਲਾਂ ਕਟਾਈ ਦਾ ਮੌਸਮ ਸੀ ਫਸਲ ਬੀਜਣ ਦਾ ਮੌਸਮ ਸੀਗਾ ਤੇ ਉਹ ਬੈਠੇ ਆ ਤੇ ਕਈ ਜਗ੍ਹਾ ਸ਼ਰਾਰਤੀ ਲੋਕ ਸ਼ਰਾਰਤਾਂ ਵੀ ਕਰ ਰਹੇ ਨੇ ਉਹ ਕਿਸਾਨ ਨਹੀਂ ਕਰ ਰਹੇ ਸ਼ਰਾਰਤੀ ਲੋਕ ਪੋਲਿਟਿਕਲ ਲੋਕ ਸ਼ਰਾਰਤਾਂ ਕਰਾ ਰਹੇ ਨੇ ਕਿਸਾਨ ਨਹੀਂ ਕਰ ਰਹੇ ਸ਼ਰਾਰਤ ਕੋਈ ਵੀ ਕਿਉਂਕਿ ਕਿਸਾਨ ਤਾਂ ਆਪਣੇ ਹੱਕਾਂ ਦੀ ਲੜਾਈ ਲੜਦਾ ਹੈ ਤੇ ਸਾਨੂੰ ਇਸ ਲੜਾਈ ਦੇ ਉੱਤੇ ਰਾਜਨੀਤੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਜੀ ਸਰ ਤੁਸੀਂ ਇੰਨੀ ਜਨਨ ਕਿ ਬੀਜੇਪੀ ਕਿਸਾਨਾਂ ਦੇ ਪੱਖ ਦੀ ਪਾਰਟੀ ਹੈ ਤਾਂ ਫਿਰ ਤੁਹਾਡੀ ਭਾਈ ਵਾਲੀ ਪਾਰਟੀ ਹੈ ਨੋ ਮਾਸ ਦਾ ਰਿਸ਼ਤਾ ਮੰਨਿਆ ਜਾਣ ਵਾਲੀ ਅਕਾਲੀ ਦਲ ਪਾਰਟੀ ਉਹ ਤੁਹਾਡੇ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਮਿਨਿਸਟਰ ਸੀ ਬੀਬੀ ਹਰਸਿਮਰਤ ਕੋਰ ਬਾਦਲ ਜੀ ਉਹਨਾਂ ਨੂੰ ਵੀ ਇਸ ਬਿਲ ਨੂੰ ਦੇ ਵਿਰੋਧ ਦੇ ਵਿੱਚ ਅਸਤੀਫਾ ਦੇਣਾ ਪਿਆ ਜੇ ਕਿਤੇ ਨਾ ਕਿਤੇ ਤਾਂ ਕਿਸਾਨਾਂ ਦੇ ਖਿਲਾਫ ਹੋਊਗਾ ਨਾ ਬਿੱਲ ਇਹ ਦੇਖੋ ਇਹ ਬਿਲ ਕਿਸਾਨਾਂ ਦੇ ਹੱਕ ਚ ਹੈ ਜਾਂ ਖਿਲਾਫ ਹੈ ਇਹ ਤਾਂ ਇੱਕ ਅਲੱਗ ਗੱਲ ਹੈ ਮੈਂ ਫੇਰ ਅਗਲ ਕਹਿਣਾ ਵੀ ਸਾਰੀਆਂ ਜਥੇਬੰਦੀਆਂ ਦੇ ਦੋ ਦੋ ਨੁਮਾਇੰਦਿਆਂ ਨੂੰ ਬੁਲਾ ਕੇ ਉਹਨਾਂ ਦੀ ਗੱਲ ਬੈਠ ਕੇ ਸੁਣਨੀ ਚਾਹੀਦੀ ਹੈ ਐਗਰੀਕਲਚਰ ਮਿਨਿਸਟਰ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਦੇ ਜੋ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਇਸ ਬਿਲ ਦੇ ਪ੍ਰਤੀ ਗਲਤ ਠੀਕ ਜੋ ਵੀ ਹੈਗਾ ਤੇ ਉਹਨੂੰ ਠੀਕ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਸੱਦਾ ਦਿੱਤਾ ਜਾਂਦਾ ਦਿੱਲੀ ਬੁਲਾਇਆ ਜਾਂਦਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜਿੱਥੇ ਬੰਦੀਆਂ ਦੇ ਆਗੂ ਦਿੱਲੀ ਜਾਂਦੇ ਨੇ ਪਰ ਕੋਈ ਵੀ ਬੰਦਾ ਜਾਂ ਮਿਨਿਸਟਰ ਜਾਂ ਫਿਰ ਕੋਈ ਉੱਚ ਅਧਿਕਾਰੀ ਉਹਨਾਂ ਨੂੰ ਨਹੀਂ ਮਿਲਦਾ ਸਿਰਫ ਨੋਰਮਲ ਬੰਦਿਆਂ ਨਾਲ ਮੀਟਿੰਗ ਹੁੰਦੀ ਹੈ ਉਸ ਚੀਜ਼ ਦਾ ਵੀ ਵਿਰੋਧ ਹੁੰਦਾ ਉਹਨਾਂ ਦਾ ਵਿਰੋਧ ਜਾਇਜ਼ ਹੈ ਕਿਸਾਨਾਂ ਦਾ ਵਿਰੋਧ ਜਾਇਜ਼ ਹੈ ਜੇ ਫਿਰ ਜੇ ਦਿੱਲੀ ਬੁਲਾਇਆ ਸੀ ਤਾਂ ਮਿਲੇ ਕਿਉਂ ਨਹੀਂ ਮੈਂ ਉਹ ਦੇਖੋ ਮੈਨੂੰ ਨਹੀਂ ਪਤਾ ਦਿੱਲੀ ਉਹਨਾਂ ਨੂੰ ਕੀ ਨੇ ਬੁਲਾਇਆ ਉਹਨਾਂ ਦਾ ਕੀ ਦੇ ਨਾਲ ਮੀਟਿੰਗ ਹੋਈ ਹੈ ਪਰ ਪੰਜਾਬ ਲੀਡਰ ਜਿਹੜੀ ਪੰਜਾਬ ਦੀ ਸਾਡੀ ਭਾਜਪਾ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਤਾਲਮੇਲ ਕਰਕੇ ਉੱਥੇ ਮੰਤਰੀ ਜੀ ਨਾਲ ਇਹਨਾਂ ਦੀ ਮੀਟਿੰਗ ਕਰਾਉਣੀ ਚਾਹੀਦੀ ਸੀਗੀ ਔਰ ਜਿਹਦੇ ਨਾਲ ਹੱਲ ਵੀ ਨਿਕਲਿਆ ਹ ਸਰ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਰੇਲਾ ਤੇ ਪਟਰੀਆਂ ਤੇ ਤਰਨੇ ਲਗਾਏ ਜਾ ਰਹੇ ਸੀ ਜਿੱਦੇ ਕਰਕੇ ਮਾਲ ਗੱਡੀਆਂ ਕਈਆਂ ਜਾ ਵੀ ਕੋਲਾ ਖਤਮ ਹੋ ਜਾਊਗਾ ਪੰਜਾਬ ਦੇ ਵਿੱਚ ਬਲੈਕਆਊਟ ਦਾ ਯਾਨੀ ਕਿ ਆਉਣ ਵਾਲਾ ਮਾਹੌਲ ਬੰਦਾ ਪਿਆ ਵਾ ਉਹ ਜੀ ਉਹਦੇ ਨਾਂ ਨਾਲ ਹੁਣ ਗੱਲ ਕੀਤੀ ਜਾਵੇ ਤਾਂ ਹੁਣ ਜਿਹੜਾ ਤਾਜ਼ਾ ਹਾਲਾਤ ਨੇ ਚਲੋ ਕੋਲਾ ਤਾਂ ਜਦੋਂ ਖਤਮ ਹੋਊਗਾ ਹੋਊਗਾ ਹੁਣ ਜਿਹੜੇ ਕਿਸਾਨਾਂ ਨੇ ਆਲੂ ਦੀ ਫਸਲ ਜਾਫਰ ਕਨਗ ਦੀ ਫਸਲ ਬੀਜਦੀਆਂ ਹੁਣ ਖਾਦ ਤੇ ਜੂਰੀ ਦੀ ਕਮੀ ਬਹੁਤ ਜ਼ਿਆਦਾ ਆ ਰਹੀ ਹੈ ਤੇ ਫਿਰ ਕੇਂਦਰ ਦੇ ਵੱਲੋਂ ਰੇਲਾ ਕਿਉਂ ਨਹੀਂ ਸ਼ੁਰੂ ਕੀਤੀਆਂ ਗਈਆਂ ਜਥੇਬੰਦੀਆਂ ਵੀ ਕਹਿ ਰਹੀਆਂ ਸਰਕਾਰ ਵੀ ਕਹਿ ਰਹੀਆਂ ਰੇਲਾ ਸ਼ੁਰ ਇਹ ਕਿਸਾਨਾਂ ਨਾਲ ਵੀ ਤੇ ਸ਼ਹਿਰੀਆਂ ਨਾਲ ਵੀ ਤੇ ਸਾਰੇ ਵਪਾਰੀਆਂ ਨਾਲ ਵੀ ਰਾਜਨੀਤੀ ਕਰ ਰਹੀ ਹੈ ਇਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਪਤਾ ਨਹੀਂ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਦੋਂ ਅਸੀਂ ਫਸਲਾਂ ਬੀਜਣੀਆਂ ਨੇ ਝੋਨਾ ਚੱਕਣਾ ਉਹਦੇ ਲਈ ਬਾਰਦਣਾ ਵੀ ਬਾਹਰ ਆਉਣਾ ਹੈ ਕਣਕ ਬੀਜਣੀਆਂ ਕਣਕ ਖਾਦ ਯੂਰੀਆ ਡਾਈ ਵੀ ਬਾਹਰ ਆਉਣੀ ਹੈ ਠੀਕ ਹੈ ਇਹਨਾਂ ਨੂੰ ਪਤਾ ਸੀਗਾ ਇਹ ਇਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਹਾਲਾਂਕਿ ਕਿਸਾਨ ਕਹਿੰਦੇ ਰਹੇ ਵੀ ਤੁਸੀਂ ਅਸੈਂਬਲੀ ਬਲਾਉ ਸਾਰੇ ਕੈਪਟਨ ਸਾਹਿਬ ਨੂੰ ਕਹਿੰਦੇ ਰਹੇ ਉਹਨਾਂ ਨੇ ਬਲਾਈ ਵੀ ਲੇਟ ਵੀ ਪਰ ਗੋਗਲੋਂ ਤੋਂ ਮਿੱਟੀ ਛਾੜਤੀ ਹੈ ਮੇਰੇ ਹਿਸਾਬ ਮੁਤਾਬਕ ਔਰ ਤੁਸੀਂ ਇੱਕ ਚੀਜ਼ ਦੇਖੋ ਵੀ ਇਹ ਰੇਲਾਂ ਬੰਦ ਹੋਣ ਨਾਲ ਕੱਲਾ ਕਿਸਾਨਾਂ ਦਾ ਯੂਰੀਆ ਦਾ ਡਾਈ ਨਹੀਂ ਰੁਕਿਆ ਅਰਬਾਂ ਖਰਬਾਂ ਰੁਪਿਆ ਦਾ ਇੰਪੋਰਟ ਐਕਸਪੋਰਟ ਦਾ ਵਪਾਰ ਵੀ ਰੁਕ ਗਿਆ ਅੱਜ ਇੰਡਸਟਰੀ ਦਾ ਹਾਲ ਕੀ ਹੈ ਫਰਜ਼ ਕੀਤਾ ਮੇਰੀ ਇੰਡਸਟਰੀ ਹੈ ਮੇਰੇ ਅੰਦਰ ਮਾਲ ਬਣਿਆ ਪਿਆ ਮੈਂ ਉਹਦਾ ਐਕਸਪੋਰਟ ਕਰਨਾ ਮਾਲ ਅੱਜ 2 2-4-5 ਕਰੋੜ ਦਾ ਮਾਲ ਪਿਆ ਹਰ ਇੱਕ ਫੈਕਟਰੀ ਦੇ ਵਿੱਚ 2-2 10-10 ਬਈ 20 ਕਰੋੜ ਰੁਪਏ ਦਾ ਮਾਲ ਰੈਡੀ ਹੋਇਆ ਪਿਆ ਔਰ ਉਹ ਜਾ ਨਹੀਂ ਰਿਹਾ ਤੁਸੀਂ ਦੇਖੋ ਦਾ ਬੈਂਕ ਵਿਆਜ ਕਿੰਨਾ ਪੈ ਜਣਾ ਇੰਡਸਟਰੀ ਵਾਲੇ ਨੂੰ ਅੱਛਾ ਐਸੇ ਤਰ੍ਹਾਂ ਹੀ ਜਿਹੜਾ ਬਾਹਰੋਂ ਆਮਟ ਕੇਈ ਕੇਈ ਫੈਕਟਰੀਆਂ ਐ ਜਿਹੜੀਆਂ ਇੰਪੋਰਟ ਕਰਦੀਆਂ ਨੇ ਬਾਹਰੋਂ ਉਹਨਾਂ ਦੇ ਮਾਲ ਟ੍ਰੇਨਾਂ ਦੇ ਰੁਕਣ ਕਰਕੇ ਚਾਹੇ ਪੋਰਟ ਤੇ ਪਏ ਨੇ ਚਾਹੇ ਉਧਰੋਂ ਹੀ ਨਹੀਂ ਆ ਰਹੇ ਤੇ ਉਹਨਾਂ ਦਾ ਕੰਮ ਦਾ ਕਿੰਨਾ ਨੁਕਸਾਨ ਹੋ ਰਿਹਾ ਇਹ ਸਾਡੇ ਪੰਜਾਬ ਦਾ ਨੁਕਸਾਨ ਹੋ ਰਿਹਾ ਇਹਦੇ ਪਿੱਛੇ ਬਹੁਤ ਵੱਡਾ ਛੇੜਿਆੰਤਰ ਹੈ ਤੁਹਾਨੂੰ ਦੱਸੀਏ ਗੱਲ ਇਹ ਜਿਹੜਾ ਨੁਕਸਾਨ ਹੋ ਰਿਹਾ ਬਹੁਤ ਮਾੜਾ ਹੈ ਪੰਜਾਬ ਦੇ ਲਈ ਬਹੁਤ ਮਾੜੀ ਗੱਲ ਹੋ ਰਹੀ ਹੈ ਪੰਜਾਬ ਦਾ ਭਾਈਚਾਰਾ ਖਰਾਬ ਹੋ ਰਿਹਾ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਹੋ ਰਹੀ ਹੈ ਪੰਜਾਬ ਦਾ ਵਪਾਰ ਖਰਾਬ ਹੋ ਰਿਹਾ ਪੰਜਾਬ ਦਾ ਕਿਸਾਨ ਖਰਾਬ ਹੋ ਰਿਹਾ ਰੋਲ ਰਿਹਾ ਇਹ ਰਾਜਨੀਤਿਕ ਪਾਰਟੀਆਂ ਜੇ ਚਾਹਣ ਤੇ ਮੇਰੇ ਹਿਸਾਬ ਨਾਲ ਇਹ 2 ਦਿਨ ਚ ਮਸਲਾ ਹੱਲ ਹੋ ਸਕਦਾ ਜੇ ਰਾਜਨੀਤਿਕ ਪਾਰਟੀਆਂ ਦੀ ਨੀਤ ਸਾਫ ਹੋਵੇ ਨੀਤ ਨਾ ਸਾਫ ਹੋਣ ਕਰਕੇ ਸਾਰਾ ਕੁਝ ਹੋ ਰਿਹਾ ਹੈ ਸਰ ਰੇਲਾਂ ਕਿਉਂ ਨਹੀਂ ਚਲਾਈਆਂ ਜਾ ਰਹੀਆਂ ਚਲਾਦਣੀਆਂ ਚਾਹੀਦੀਆਂ ਰੇਲਾਂ ਇਹਨਾਂ ਬਿਲਕੁਲ ਚਲਾਉਣੀਆਂ ਚਾਹੀਦੀਆਂ ਰੇਲਾਂ ਦੇ ਚੱਲਣ ਨਾਲ ਜੇ ਚੱਲ ਪੂਆ ਜਿ ਘਟੋ ਘਟ ਜਿਹੜਾ ਵਪਾਰ ਦੀ ਆਇਆ ਇੰਪੋਰਟ ਐਕਸਪੋਰਟ ਦਾ ਜਿੰਨੇ ਵੀ ਕੰਟੇਨਰ ਨੇ ਜਾਣ ਆਉਣ ਉਹ ਚੱਲਣੇ ਚਾਹੀਦੇ ਆ ਜੋ ਚੱਲਣਗੇ ਤਾਂ ਪੰਜਾਬ ਬਚੂਗਾ ਕਿਤਨੇ ਕਿਤੇ ਇਹ ਗੱਲ ਸਮਝੀ ਜਾਵੇ ਵੀ ਪੰਜਾਬ ਨਾਲ ਹੁਣ ਵਿਤਕਰਾ ਕੀਤਾ ਜਾ ਰਿਹਾ ਪਹਿਲਾਂ ਪੰਜਾਬ ਚ ਕਿਸਾਨਾਂ ਨੇ ਵਿਰੋਧ ਕੀਤਾ ਹੁਣ ਕੇਂਦਰੋਂ ਨਾਲ ਉਹਨਾਂ ਦਾ ਵਿਰੋਧ ਕਰ ਰਹੀ ਹੈ ਦੇਖੋ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਵਿਤਕਰਾ ਕੀਤਾ ਜਾ ਰਿਹਾ ਪਰ ਮੈਂ ਇਹ ਕਹਿਣਾ ਵੀ ਰੇਲਾਂ ਚਲਾ ਦਨੀਆਂ ਚਾਹੀਦੀਆਂ ਨੇ ਦੋਨੇ ਸਰਕਾਰਾਂ ਨੂੰ ਸੈਂਟਰ ਗਵਰਨਮੈਂਟ ਨੂੰ ਵੀ ਤੇ ਸਟੇਟ ਗਵਰਨਮੈਂਟ ਨੂੰ ਵੀ ਇਸ ਮੁੱਦੇ ਨੂੰ ਹਲਕਾ ਨਹੀਂ ਲੈਣਾ ਚਾਹੀਦਾ ਕਿਉਂਕਿ ਪੰਜਾਬ ਦਾ ਕਿਸਾਨ ਬਾਦਲੀਆਂ ਸਟੇਟਾਂ ਦੇ ਕਿਸਾਨ ਵਰਗਾ ਨਹੀਂ ਹੈਗਾ ਪੰਜਾਬ ਦੇ ਕਿਸਾਨ ਦਾ ਤੇ ਬਾਹਰਲੇ ਕਿਸਾਨਾਂ ਦਾ ਬਹੁਤ ਫਰਕ ਹੈ ਇਸ ਕਰਕੇ ਇਹ ਜਿਹੜਾ ਮੁੱਦਾ ਦੋਨੇ ਸਰਕਾਰਾਂ ਨੂੰ ਬੈਠ ਕੇ ਬਜਾਏ ਟਸਲਵਾਜੀ ਦੇ ਵੀ ਸੈਂਟਰ ਗਵਰਨਮੈਂਟ ਕਹੇ ਸਟੇਟ ਨਹੀਂ ਚੱਲਣ ਦਿੰਦੀ ਸਟੇਟ ਕਹੇ ਸੈਂਟਰ ਨਹੀਂ ਚੱਲਣ ਦਿੰਦੀ ਦੋਨਾਂ ਸਰਕਾਰਾਂ ਨੂੰ ਤਾਲਮੇਲ ਕਰਕੇ ਜਲਦੀ ਤੋਂ ਜਲਦੀ ਰੇਲਾਂ ਚਲਣੀਆਂ ਚਾਹੀਦੀਆਂ ਜਿਸ ਨਾਲ ਸਾਡੇ ਪੰਜਾਬ ਦਾ ਵਪਾਰ ਦਾ ਜੋ ਨੁਕਸਾਨ ਹੋ ਰਿਹਾ ਨਾ ਸਭ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਜਾਂ ਫਿਰ ਹੋਰ ਬਾਕੀ ਸਿਆਸੀ ਪਾਰਟੀਆਂ ਦਾ ਇਹ ਕਹਿਣਾ ਕਿ ਜਿਹੜੀ ਬੀਜੇਪੀ ਹੈ ਉਹ ਜਿਹੜੇ ਕਾਰਪੋਰੇਟ ਕਰਨੇ ਆ ਉਹਨਾਂ ਦਾ ਫਾਇਦਾ ਸੋਚਦੀ ਹੈ ਨਾ ਕਿ ਕਿਸਾਨਾਂ ਦਾ ਦੇਖੋ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਹਮੇਸ਼ਾ ਐਲੀਗੇਸ਼ਨ ਲਾਉਂਦੀਆਂ ਨੇ ਉਹਨਾਂ ਦਾ ਕੰਮ ਹੈ ਐਲੀਗੇਸ਼ਨ ਲਾਉਣਾ ਪਰ ਮੈਂ ਸਮਝਦਾ ਮੈਂ ਫਿਰ ਕਹਿਣਾ ਵੀ ਇਹ ਮੁੱਦਾ ਐਲੀਗੇਸ਼ਨ ਵਾਲਾ ਡਿਬੇਟ ਕਰਨ ਵਾਲਾ ਮੁੱਦਾ ਨਹੀਂ ਹੈਗਾ ਕਿਸਾਨਾਂ ਦਾ ਇਹ ਹੱਲ ਕਰਨ ਵਾਲਾ ਮੁੱਦਾ ਹੈ ਮੈਂ ਕਹਿੰਦਾ ਸਾਡੀ ਪਾਰਟੀ ਬੀਜੇਪੀ ਕਹਿ ਰਹੀ ਆ ਵੀ ਇਹ ਬਿਲ ਬਹੁਤ ਵਧੀਆ ਕਿਸਾਨਾਂ ਦੇ ਹਿੱਤ ਚ ਹੈ ਹੋ ਸਕਦਾ ਸੀ ਕਿ ਤਨੇ ਕਿਤੇ ਸਮਝਾਉ ਸਾਡੀ ਲੋਕਲ ਲੀਡਰਸ਼ਿਪ ਕਮਜ਼ੋਰ ਰਹੀ ਹੋਵੇ ਉਹ ਨਾ ਸਮਝਾ पाए ਹੁਣ ਇਹ ਵੀ ਹੋ ਸਕਦਾ ਜਿਸ ਤਰੀਕੇ ਨਾਲ ਸਾਨੂੰ ਸਮਝਾਉਣਾ ਚਾਹੀਦਾ ਸੀ ਸਾਡੇ ਤੋਂ ਕਮੀ ਰਹੀ ਹੋਗੀ ਜਿਹੜਾ ਅੱਜ ਇਹਨਾਂ ਰੌਲਾ ਪੈ ਰਿਹਾ ਰੌਲਾ ਤਾਂ ਪੈਂਦਾ ਇਹ ਵੀ ਚੀਜ਼ ਕਿਸਾਨ ਆਗੂ ਹੈ ਜਾਂ ਫਿਰ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਵੱਖ-ਵੱਖ ਉਹ ਵੀ ਇਹ ਵੀ ਅਲੀਗੇਸ਼ਨ ਲਾਂਦੇ ਆ ਵੀ ਦੇਖੋ ਜੇਕਰ ਬੀਜੇਪੀ ਨੇ ਕਿਸਾਨਾਂ ਨਾਲ ਤਾਲਮੇਲ ਕਰਨਾ ਇਹ ਹੋਟਲਾਂ ਦੇ ਵਿੱਚ ਪ੍ਰੈਸ ਕਾਨਫਰੰਸ ਕਿਉਂ ਰੱਖਦੇ ਆ ਜਿੱਥੇ ਕਿਸਾਨ ਜਿੱਥੇ ਬੰਦੇ ਧਰਨੇ ਉੱਥੇ ਕਿਉਂ ਨਹੀਂ ਆਉਂਦੇ ਜਾਂ ਫਿਰ ਕਿਸਾਨਾਂ ਨਾਲ ਕਿਉਂ ਨਹੀਂ ਮਿਲਦੇ ਇਹ ਆਪ ਦੀਆਂ ਆਪ ਦੀ ਇਹਨਾਂ ਦੇ ਬੰਦੇ ਹੁੰਦੇ ਆ ਆਪ ਦੀ ਇਹਨਾਂ ਦੇ ਨੁਮਾਇੰਦੇ ਹੁੰਦੇ ਆ ਆਂਦੇ ਆ ਹੋਟਲ ਦੇ ਵਿੱਚ ਖਾਣਾ ਖਾਂਦੇ ਆ ਤੇ ਚਲ ਜਾਂਦੇ ਆ ਦੇਖੋ ਮੈਂ ਫੇਰ ਗੱਲ ਕਹਿੰਦਾ ਆ ਵੀ ਸਾਰੀਆਂ ਕਿਸਾਨ ਬੰਦਿਆਂ ਕਿਸਾਨ ਜਥੇਬੰਦੀਆਂ ਇੱਕ ਜੁਟ ਨੇ ਔਰ ਸਟੇਟ ਲੀਡਰਸ਼ਿਪ ਦੀ ਨਾਲ ਬੈਠ ਕੇ ਦੋ ਦੋ ਨਮਾਇंदे ਦੇ ਕੇ ਆਪਣੇ ਜੋ ਵੀ ਉਹਨਾਂ ਦੇ ਮਨ ਦੇ ਖਾਸੇ ਨੇ ਉਹਨਾਂ ਨੂੰ ਦੂਰ ਕਰਨ ਔਰ ਲਿਖ ਕੇ ਰਿਟਨ ਦੇ ਵਿੱਚ ਵੀ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਕਿਸਾਨੀ ਦੇ ਹਿੱਤੇ ਲਈ ਪੰਜਾਬ ਦੀ ਇੰਡਸਟਰੀ ਦੇ ਹਿੱਤ ਲਈ ਕੀ ਹੋਣਾ ਚਾਹੀਦਾ ਕਿਉਂਕਿ ਇੱਕ ਕਿਸਾਨੀ ਮੁੱਦਾ ਸਾਰੇ ਵਪਾਰ ਨਾਲ ਜੁੜਿਆ ਅੱਜ ਜੇ ਕਿਸਾਨ ਕਮਜ਼ੋਰ ਆ ਜੇ ਕਿਸਾਨ ਦੀ ਜੇਬ ਵਿੱਚ ਪੈਸੇ ਨਹੀਂ ਜਿੰਨੀਆਂ ਦੁਕਾਨਾਂ ਜਿੰਨੀਆਂ ਇੰਡਸਟਰੀਆਂ ਨੇ ਸਾਰੀਆਂ ਬੰਦ ਹੋ ਜਾਣਗੀਆਂ ਕਿਉਂਕਿ ਕਿਸਾਨ ਦੇ ਪੈਸੇ ਨਾਲ ਤੁਸੀਂ ਦੇਖੋ ਨਾ ਜਿੰਨੇ ਸਾਡੇ ਕਸਬੇ ਨੇ ਕਸਬਿਆਂ ਦੇ ਵਿੱਚ ਦੁਕਾਨਾਂ ਦੇ ਉੱਤੇ ਭੀੜ ਕਦੋਂ ਬਾਜ਼ਾਰਾਂ 'ਚ ਭੀੜ ਕਦੋਂ ਹੈ ਜਦੋਂ ਕਣਕ ਦੀ ਫਸਲ ਆਉਂਦੀ ਆ ਤੇ ਚੌਲਾਂ ਦੀ ਫਸਲ ਆਉਂਦੀ ਆ ਕਿਉਂਕਿ ਉਹ ਤੋਂ ਕਿਸਾਨ ਦੀ ਜੇਬ ਵਿੱਚ ਪੈਸਾ ਹੁੰਦਾ ਵਿਆਹ ਸ਼ਾਦੀ ਵੀ ਉਹਨਾਂ ਦੇ ਨਾਲ ਚੁੰਦੇ ਨੇ ਤੇ ਜੇ ਕਿਸਾਨ ਦੀ ਜੇਬ ਵਿੱਚ ਪੈਸਾ ਹੀ ਨਹੀਂ ਹੋਊਗਾ ਤੇ ਫਿਰ ਉਹ ਦੁਕਾਨਾਂ ਤੇ ਖਰੀਦਣ ਕੌਣ ਜਾਊਗਾ ਕਿਵੇਂ ਚੱਲੂਗਾ ਕੰਮ ਇਹਦੇ ਬਾਰੇ ਇਹਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਪਾਰਟੀ ਨੂੰ ਨਹੀਂ ਕਰਨੀ ਚਾਹੀਦੀ ਸਾਡੀ ਪਾਰਟੀ ਕਹਿੰਦੀ ਹੈ ਬਿੱਲ ਸਹੀ ਹੈ ਤੇ ਸਾਡੀ ਪਾਰਟੀ ਨੂੰ ਚਾਹੀਦਾ ਕਿਸਾਨ ਜਥੇਬੰਦੀਆਂ ਨਾਲ ਤਾਲਮਿਲ ਕਰਕੇ ਤਾਲਮਿਲ ਕਰਨ ਤੋਂ ਬਾਅਦ ਸੈਂਟਰ ਦੇ ਜਿਹੜੇ ਸਾਡੇ ਵਜ਼ੀਰ ਨੇ ਐਗਰੀਕਲਚਰ ਮਿਨਿਸਟਰ ਸਰਦਾਰ ਨਰੇਂਦਰ ਸਿੰਘ ਤੋਮਰ ਜੀ ਉਹਨਾਂ ਨਾਲ ਬੈਠ ਕੇ ਜੋ ਜੋ ਇਹਨਾਂ ਦੇ ਮਨ ਦੇ ਵਿੱਚ ਗੱਲ ਗਿਲੇ ਸ਼ਿਕਵੇ ਹੈਗੇ ਨੇ ਉਹਨਾਂ ਨੂੰ ਦੂਰ ਕਰਕੇ ਇਸ ਬਿੱਲ ਦੇ ਬਾਰੇ ਪ੍ਰੋਪਰ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਜੇ ਚ ਕਮੀਆਂ ਤਾਂ ਉਹਨਾਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਚਲੋ ਇਹ ਤਾਂ ਹੋ ਗਿਆ ਕਿਸਾਨਾਂ ਦਾ ਮੁੱਦਾ ਹੁਣ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਦੀ ਤੁਹਾਡੇ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਜੀ ਹਰਪੁਰ ਦੇ ਵਿੱਚ ਉਹਨਾਂ ਤੇ ਹਮਲਾ ਹੁੰਦਾ ਬੀਜੇਪੀ ਕਹਿੰਦੀ ਹੈ ਕਾਂਗਰਸ ਨੇ ਕਰਵਾਇਆ ਕਾਂਗਰਸ ਕਹਿੰਦੀ ਬੀਜੇਪੀ ਨੇ ਕਰਵਾਇਆ ਖੁਦ ਕਰਵਾਇਆ ਦੇਖੋ ਅਰਵਨੀਤ ਬਿੱਟੂ ਦਾ ਬਿਆਨ ਸੀ ਵੀ ਇਹ ਹਮਲਾ ਮੈਂ ਕਰਵਾਇਆ ਪਹਿਲੀ ਗੱਲ ਰਵਨੀਤ ਬਿੱਟੂ ਏਡਾ ਦਮ ਨਹੀਂ ਹਮਲਾ ਕਰਾਉਣ ਚੋਕਾ ਮੈਂ ਗਰੰਟੀ ਨਾਲ ਤੁਹਾਡੇ ਚੈਨਲ ਦੇ ਉੱਤੇ ਕਹਿੰਦਾ ਦੂਜੀ ਗੱਲ ਉਹ ਸਿਰਫ ਕਿਸਾਨਾਂ ਦੀ ਸਿਮਤੀ ਲੈਣ ਲਈ ਕਹਿ ਰਿਹਾ ਹੈ ਤੀਜੀ ਗੱਲ ਜੇ ਉਹਨੇ ਹਮਲਾ ਕਰਾਇਆ ਤੇ ਉਹ ਮੰਨ ਰਿਹਾ ਤਾਂ ਸਰਕਾਰ ਉਤੇ ਪਰਚਾ ਕਿਉਂ ਨਹੀਂ ਦਿੰਦੀ ਇਹਦਾ ਮਤਲਬ ਕਾਂਗਰਸ ਪਾਰਟੀ ਦੇ ਲੀਡਰ ਖੁਦ ਪੰਜਾਬ ਦੇ ਹਾਲਾਤ ਖਰਾਬ ਕਰਦੇ ਆ ਚਾਹੇ ਉਹ ਬਿਆਨ ਦੇ ਕੇ ਕਰਦੇ ਆ ਤੇ ਚਾਹੇ ਵੈਸੇ ਕਰਦੇ ਆ ਤੇ ਵੈਸੇ ਵੀ ਰਵਨੀਤ ਬਿੱਟੂ ਨੂੰ ਆਪਦੇ ਦਾਦਾ ਜੀ ਦੀ ਜਿਹੜੇ ਬਿਆਨ ਸਿੰਘ ਮੁੱਖ ਮੰਤਰੀ ਸੀਗੇ ਉਹਨਾਂ ਦੀ ਥੋੜੀ ਜੀ ਹਿਸਟਰੀ ਚੈੱਕ ਕਰ ਲੈਣੀ ਚਾਹੀਦੀ ਹੈ ਪੰਜਾਬ ਦੇ ਨੌਜਵਾਨ ਸਿੱਖਾਂ ਦੇ ਉੱਤੇ ਜਿੰਨਾ ਸਿੱਖੀ ਦੇ ਉੱਤੇ ਬਿਆਨ ਸਿੰਘ ਪਰਿਵਾਰ ਨੇ ਤਸੱਦਦ ਕੀਤਾ ਹੈ ਮੈਂ ਸਮਝਦਾ ਕਿਸੇ ਨੇ ਨਹੀਂ ਕੀਤਾ ਮੇਰੀ ਗੱਲ ਸੁਣ ਲੋ ਜਿੰਨਾ ਨੌਜਵਾਨ ਸਿੱਖ ਨੌਜਵਾਨ ਇਹਨਾਂ ਨੇ ਬੇਗਨਾ ਸਾਨੂੰ ਮਾਰਿਆ ਔਰ ਤਸੱਦਦ ਕੀਤਾ ਮੈਂ ਸਮਝਦਾ ਅੱਜ ਤੱਕ ਦੀ ਹਿਸਟਰੀ ਚ ਕਦੇ ਕਿਸੇ ਵੀ ਕਾਂਗਰਸ ਪਾਰਟੀ ਦੇ ਦਰਬਾਰ ਸਭ ਤੇ ਅਟੈਕ ਨਹੀਂ ਕੀਤਾ ਕਾਂਗਰਸ ਪਾਰਟੀ ਨੇ 84 ਦੇ ਦੰਗੇ ਹੋਏ ਅਟੈਕ ਕੀ ਨਹੀਂ ਕੀਤਾ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਉੱਥੇ ਤਾਂ ਭਾਜੀਪੀ ਨੇ ਨਹੀਂ ਕੀਤਾ ਨਾ ਤੇ ਅੱਜ ਜੇ ਉਹ ਕਹਿ ਰਿਹਾ ਅਟੈਕ ਇਹਨਾਂ ਦਾ ਰੀਤੀ ਰਿਵਾਜ ਹੈਗਾ ਇਹ ਚ ਕੋਈ ਦੋਰਿਆ ਨਹੀਂ ਇਹ ਕਾਂਗਰਸ ਪਾਰਟੀ ਦੰਗਾ ਅਟੈਕ ਇਹ ਸਭ ਕੁਝ ਕਰਾ ਸਕਦੇ ਆ ਪਰ ਬਿੱਟੂ ਚੇੜੀ ਹਿੰਮਤ ਨਹੀਂ ਵੀ ਪੰਜਾਬ ਦੇ ਪ੍ਰਧਾਨ ਦੇ ਉੱਤੇ ਕਰਾ ਦੇਵੇ ਅਟੈਕ ਕਰਾ ਦੇ ਕਿਉਂਕਿ ਮੈਂ ਸਮਝਦਾ ਫਿਰ ਇਹਨਾਂ ਦਾ ਲਾਅ ਐਂਡਰ ਆਰਡਰ ਇਸ ਕਰਕੇ ਫੇਲ ਹੈ ਤੁਸੀਂ ਦੇਖੋ ਜਿੱਥੇ-ਜਿੱਥੇ ਧਰਨੇ ਹੁੰਦੇ ਉੱਤੇ ਇੰਟੈਲੀਜੈਂਸ ਸੀਆਈਡੀ ਦੇ ਇਹਨਾਂ ਦੇ ਮੁਲਾਜ਼ਮ ਬੈਠੇ ਹੁੰਦੇ ਨੇ ਜੇ ਜਾਂ ਤਾਂ ਸਰਕਾਰ ਨੇ ਅੱਖਾਂ ਬੀਚ ਲੀਆਂ ਉਹਨਾਂ ਨੂੰ ਪਤਾ ਸੀ ਤੇ ਜਾਂ ਇਹਨਾਂ ਦਾ ਇੰਟੈਲੀਜੈਂਸ ਤੇ ਲਾਅ ਐਂਡਰ ਫੇਲ ਹੈ ਬਿਲਕੁਲ ਦੋਈ ਗੱਲਾਂ ਨੇ ਇਸ ਕਰਕੇ ਸਰਕਾਰ ਜਿਹੜੀ ਹੈ ਜੋ ਰੋਲ ਇਹਨਾਂ ਨੂੰ ਕਰਨਾ ਚਾਹੀਦਾ ਪੰਜਾਬ ਹਿੱਤਾਂ ਲਈ ਦੇਖੋ ਜਦੋਂ ਕੋਈ ਮੁੱਖ ਮੰਤਰੀ ਹੈ ਜਾਂ ਪ੍ਰਧਾਨ ਮੰਤਰੀ ਹੈ ਜੇ ਮੁੱਖ ਮੰਤਰੀ ਹੈ ਕੈਪਟਨ ਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਨਹੀਂ ਹੈਗੇ ਸਾਰੇ ਪੰਜਾਬ ਦੇ ਨੇ ਉਹਨਾਂ ਨੂੰ ਸਾਰੇ ਪੰਜਾਬ ਦੇ ਹਿੱਤਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਨਹੀਂ ਵੀ ਅੱਜ ਅਸੀਂ ਬੀਜੇਪੀ ਦੇ ਹਾਂ ਤੇ ਉਹ ਸਾਡਾ ਧਿਆਨ ਨਹੀਂ ਰੱਖਣਗੇ ਤੁਸੀਂ ਕਿਸੇ ਅਕਾਲੀ ਦਲ ਦੇ ਹੋ ਜਾਂ ਕਿਸੇ ਹੋਰ ਪਾਰਟੀ ਦੇ ਹੈ ਧਿਆਨ ਮੁੱਖ ਮੰਤਰੀ ਦਾ ਮਤਲਬ ਹੁੰਦਾ ਸਾਰੇ ਪ੍ਰਦੇਸ਼ ਦਾ ਮੁੱਖ ਮੰਤਰੀ ਆ ਉਹਨੂੰ ਸਾਰੇ ਪੰਜਾਬ ਸਟੇਟ ਦੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਲਾਅ ਐਂਡ ਆਰਡਰ ਅਮਨ ਸ਼ਾਂਤੀ ਭਾਈਚਾਰਾ ਉਹਨੂੰ ਬਰਕਰਾਰ ਰੱਖਣਾ ਚਾਹੀਦਾ ਕੈਪਟਨ ਸਾਹਿਬ ਪੰਜਾਬ ਸਰਕਾਰ ਬਿਲਕੁਲ ਹਰ ਇੱਕ ਮੁੱਦੇ ਦੇ ਉੱਤੇ ਫੇਰ ਲਾ ਤੁਸੀਂ ਦੇਖੋ ਆ ਸਾਧੂ ਸਿੰਘ ਧਰਮਸੋਤ ਉਹਨੇ ਵਜੀਫਿਆਂ ਦੇ ਵਿੱਚ ਕਿੱਡਾ ਵੱਡਾ ਕਾਂਡ ਕੀਤਾ ਉਹਨੂੰ ਕਲੀਨ ਚਿੱਟ ਦੇਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਸਰ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ ਪ੍ਰੋਟੈਸਟ ਕੀਤੇ ਗਏ ਸੀ ਹਲਕਾ ਵਾਈਜ਼ ਵਾਰਡ ਵਾਈਜ਼ ਠੀਕ ਹੈ ਜੀ ਤੇ ਬੀਜੇਪੀ આરોਪ ਲਗਾ ਰਹੀ ਸੀ ਵੀ ਇਹਦੀ ਜਾਂਚ ਕੀਤੀ ਜਾਵੇ ਜਿਹੜੀਆਂ ਦੂਜੀ ਪਾਰਟੀਆਂ ਨੇ ਉਹ ਕਹਿੰਦੀ ਹੈ ਜੇਕਰ ਬੀਜੇਪੀ ਇਹਨਾਂ ਦੀ ਜਾਂਚ ਹੀ ਕਰਵਾਉਣਾ ਚਾਹਦੀ ਹੈ ਤਾਂ ਕੇਂਦਰ ਤੋਂ ਕਿਉਂ ਨਹੀਂ ਜਾਂਚ ਕਰਵਾਉਂਦੀ ਪੰਜਾਬ ਸਰਕਾਰ ਨੂੰ ਹੀ ਕਿਉਂ ਕਹਿ ਰਹੇ ਜਿਵੇਂ ਕੇਂਦਰ ਦੇ ਵਿੱਚ ਇਹਨਾਂ ਦੀ ਖੁਦ ਦੀ ਸਰਕਾਰ ਹੈ ਕਿਸ ਮੁੱਦੇ ਤੇ ਜਾਂਚ ਕਹਿੰਦੇ ਤੁਸੀਂ ਐਸੀ ਸਕੋਲਰਸ਼ਿਪ ਘਟਾਲੇ ਤੇ ਦੇਖੋ ਪੰਜਾਬ ਦੇ ਵਿੱਚ ਕਪਲਾ ਹੋਇਆ ਪੰਜਾਬ ਦੀ ਇਹਨਾਂ ਨੇ ਜਾਂਚ ਕਰਾਈ ਜਾਂਚ ਕਰਾਉਣ ਤੋਂ ਬਾਅਦ ਮੁੱਖ ਮੰਤਰੀ ਜੀ ਨੇ ਕਲੀਨ ਚਿੱਟ ਦੇਤੀ ਠੀਕ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕਲੀਨ ਚੈਟ ਦੀ ਤੁਸੀਂ ਦੇਖੋ ਸਪੀਡ ਕਿੰਨੀ ਹੈ ਇਹਨਾਂ ਦੀ ਕਦੋਂ ਇਨਕੁਆਰੀ ਲੱਗੀ ਤੇ ਕਦੋਂ ਇਹਨਾਂ ਨੇ ਕਲੀਨ ਚੈਟ ਦੇਤੀ ਤੇ ਜੇ ਕਿਸੇ ਤੁਸੀਂ ਸੁਧਾਰਨ ਨਾ ਕਿਸੇ ਕੋਈ 57 51 ਦੀ ਲੜਾਈ ਦੀ ਇੱਕ ਦਰਖਾਸਤ ਦੇ ਦਿਓ ਤੁਹਾਡੇ 6 ਮਹੀਨੇ ਤੁਹਾਨੂੰ ਕਲੀਨ ਚੈਟ ਨਹੀਂ ਮਿਲਨੀ ਵੀ ਤੁਸੀਂ ਬੇਗਨਾਉ ਜਾਂ ਗਣਾ ਕਰੋ ਇਹਦਾ ਮਤਲਬ ਕਾਂਗਰਸ ਪਾਰਟੀ ਦੀ ਨੌਲੇਜ ਮੁੱਖ ਮੰਤਰੀ ਦੀ ਨੌਲੇਜ ਆ ਸਾਰਾ ਕੁਝ ਕੀਤਾ ਪਰ ਮੈਂ ਸਮਝਦਾ ਵੀ ਇਹਦੇ ਚ ਆਪੋਜੀਸ਼ਨ ਪਾਰਟੀਆਂ ਨੂੰ ਸੈਂਟਰ ਗਵਰਨਮੈਂਟ ਕੋਲੇ ਜਾ ਕੇ ਇਹਦੀ ਇਨਕੁਆਰੀ ਸੀਬੀਆਈ ਤੋਂ ਕਰਾਉਣੀ ਚਾਹੀਦੀ ਆ ਔਰ ਸਾਧੂ ਸੰਗ ਧਰਮ ਸਰੋਧ ਨੂੰ ਸਲਾਖਾਂ ਦੇ ਪਿੱਛੇ ਲੈ ਕੇ ਜਾਣਾ ਚਾਹੀਦਾ ਉਹਨੇ ਬਹੁਤ ਗਰੀਬ ਦਲਤਾਂ ਦਾ ਹੱਕ ਹਕਤ ਹੈ ਐਸੀ ਸਕਾਲਰਸ਼ਿਪ ਘਟਾਲੇ ਤੋਂ ਲੈ ਕੇ ਤੁਹਾਡੇ ਵੱਲੋਂ ਇੱਕ ਵਾਰ ਪ੍ਰੋਟੈਸਟ ਕੀਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਵਿਰੋਧ ਕੀਤਾ ਜਾਊਗਾ ਇਹਦਾ ਦੇਖੋ ਮੇਰੇ ਕੋਲ ਇਹ ਨਾ ਭਾਰਤੀ ਜਨਤਾ ਪਾਰਟੀ ਸੰਗਠਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਇਸ ਕਰਕੇ ਇਹਦੇ ਬਾਰੇ ਮੈਂ ਤੁਹਾਨੂੰ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਜਿੰਨਾ ਕਿ ਮੈਂ ਕਹਿ ਸਕਦਾ ਮੈਂ ਉਨਾ ਹੀ ਕਹਿ ਸਕਦਾ ਵੀ ਕੀ ਹੋਣਾ ਚਾਹੀਦਾ ਇਹ ਸਾਡੇ ਜਿਹੜੇ ਪ੍ਰਦੇਸ਼ ਦੇ ਪ੍ਰਧਾਨ ਨੇ ਉਹ ਇਹਦੇ ਬਾਰੇ ਤੁਹਾਨੂੰ ਦੱਸ ਸਕਦੇ ਆ ਪ੍ਰਦੇਸ਼ ਲੀਡਰਸ਼ਿਪ ਦੱਸ ਸਕਦੀ ਆ ਮੈਂ ਇਹਦੇ ਉੱਤੇ ਤੁਹਾਨੂੰ ਕੋਈ ਕਮੈਂਟ ਨਹੀਂ ਕਰ ਸਕਦਾ ਸੋ ਇਸ ਸਮ ਸਾਡੇ ਨਾਲ ਕਮਲ ਚਿਤਲੀ ਜੀ ਲੁਧਿਆਣੇ ਦੇ ਬੀਜੇਪੀ ਦੇ ਸੀਨੀਅਰ ਲੀਡਰ ਜਿਨ੍ਹਾਂ ਦੇ ਵੱਲੋਂ ਕਿਸਾਨੀ ਮੁੱਦੇ ਤੇ ਜਿਹੜੇ ਤਿੱਖੇ ਸਵਾਲ ਉਸਨਾਂ ਦੇ ਜਵਾਬ ਦਿੱਤੇ ਗਏ ਨੇ ਕੈਮਰਾ ਪਰਸਨ ਪਮਨ ਦੇ ਨਾਲ ਹਿੰਮਤ ਸਿੰਘ ਦੈਨਿਕ ਸਵੇਰਾ ਲੁਧਿਆਣਾ 올 ਵਰਲਡ ఓపెਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆ रफीक ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬੰਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 मिया रफीक मोहम्मद मोबाइल चौरासी तीन सो चुहत्तर चौरानवे छह सौ संताली चौरासी तीन सौ चुहत्तर चौरानवे छह सौ अड़ताली दुनिया की हर वी खबर डाउनलोड करो नंबर